ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਜੀਤ ਨੰਗਲ ਸਵਾਗਤ ਕਰਦਾ ਤੁਹਾਡਾ ਸਿਹਤ ਕਡੇਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਜਦੋਂ ਵੀ ਆਪਾਂ ਵੀਡੀਓ ਬਣਾਉਣੇ ਆ ਪਸ਼ੂਆਂ ਵਾਲੇ ਮਾਮਲੇ 'ਚ ਖਾਸ ਕਰਕੇ ਤਾਂ ਇਸ ਆਪਾਂ ਕਿੱਤੇ ਨੂੰ ਹੁਣ ਤੱਕ ਸਹਾਇਕ ਧੰਦੇ ਦੇ ਤੌਰ 'ਤੇ ਜਾਣਿਆ ਜਾਂ ਮੰਨਿਆ ਪਰ ਜਦੋਂ ਵੀਡੀਓ ਬਣਾਉਣੇ ਆ ਉਦੋਂ ਇਹਦਾ ਇੱਕ ਵੱਖਰਾ ਰੰਗ ਰੂਪ ਦਿਸਦਾ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਨੇ ਚੰਗੀ ਬਰੀਡ ਸੰਭਾਲੀ ਹੈ। ਉੱਥੇ ਪਰੰਪਰਕ ਤਰੀਕੇ ਨਾਲ ਨਹੀਂ ਵੀ ਜਿਹੜੇ ਪਸ਼ੂ ਅੱਗੇ ਇਹ ਹੁੰਦਾ ਸੀ ਵੀ ਪਸ਼ੂ ਆ ਤਾਂ ਪਸ਼ੂ ਹੀ ਆ ਉਹਦੀ ਸਾਂਭ ਸੰਭਾਲ ਜਿਹੜੀ ਉਸ ਤਰ੍ਹਾਂ ਦੀ ਹੁੰਦੀ ਸੀ ਪਰ ਜਿਵੇਂ ਜਿਵੇਂ ਬਰੀਡ ਸੁਧਰਦੀ ਜਾਂਦੀ ਹੈ ਕੁਝ ਕੁ ਘਰਾਂ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਹਜੇ ਬਹੁਤ ਕੰਮ ਕਰਨ ਦੀ ਲੋੜ ਹੈ ਇਸ ਫੀਲਡ ਦੇ ਵਿੱਚ ਹਜੇ ਬਹੁਤ ਘਰਾਂ ਦੇ ਵਿੱਚ ਇਸ ਪੱਖ ਤੋਂ ਸੁਧਾਰ ਹੋਣਾ ਨਸਲ ਵਾਲੇ ਪੱਖ ਤੋਂ। ਅਤੇ ਜੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਜੀਵਨ ਜਾਂਚ ਜਿਹੜੀ ਪਿੰਡਾਂ ਦੇ ਵਿੱਚ ਹੈ ਜਿਹੜੇ ਪੇਂਡੂ ਵੀਰ ਹੈ ਪਿੰਡਾਂ 'ਚ ਜਿਹੜੀ ਆਬਾਦੀ ਵੱਸਦੀ ਹੈ ਉਹਨਾਂ ਨੂੰ ਅਤੇ ਪਸ਼ੂ ਪਾਲਣ ਨਾਲੋਂ ਉਹਨਾਂ ਨੂੰ ਨਖੇੜਿਆ ਨਹੀਂ ਜਾ ਸਕਦਾ ਭਾਵੇਂ ਉਹ ਕਿੱਤਾ ਕੋਈ ਵੀਰ ਬੱਕਰੀਆਂ ਦੇ ਰੂਪ 'ਚ ਬੱਕਰੀਆਂ ਸੰਭਾਲਦਾ ਸੀ ਜਾਂ ਲੋਕਾਂ ਕੋਲ ਮੱਝਾਂ ਅਤੇ ਗਾਵਾਂ ਰੱਖੀਆਂ ਹੋਈਆਂ। ਅਤੇ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕਰਨੀ ਹੋਵੇ ਗਾਵਾਂ ਵਾਲੇ ਮਾਮਲੇ 'ਚ ਤਾਂ ਆਪਾਂ ਮੈਂ ਕੁਝ ਲਾਈਵ ਦੇ ਵਿੱਚ ਵੀ ਇਹ ਕਹਿੰਦਾ ਹੁੰਦਾ ਵੀ PDFA ਵਰਗੀ ਸੰਸਥਾ ਨੇ ਗਾਵਾਂ ਵਾਲੇ ਮਾਮਲੇ ਦੇ ਵਿੱਚ ਬਹੁਤ ਤਰੱਕੀ ਕੀਤੀ ਘਰ ਘਰ ਦੇ ਵਿੱਚ HF ਚੰਗੀ ਆਈ ਸਾਰੇ ਜਾਣਦੇ ਆ ਵੀ 70 ਕਿਲੋ ਨੂੰ ਵੀ HF ਅੱਜ ਪੰਜਾਬ ਦੀ ਹੱਥ ਮਾਰਦੀ ਹੈ ਅਤੇ ਜਿਹਦੇ ਕਰਕੇ ਜੰਮੂ ਦੀ ਗੱਲ ਕਰੀਏ ਜਾਂ ਗੁਜਰਾਤ ਮਹਾਰਾਸ਼ਟਰ ਬਾਕੀ ਸੂਬਿਆਂ ਤੋਂ ਪੰਜਾਬ ਦੇ ਵਿੱਚ ਗਾਂ ਖਰੀਦਣ ਵਾਸਤੇ ਵੀਰ ਪਹੁੰਚਦੇ ਆ ਕਿਉਂਕਿ ਪੰਜਾਬ ਦੇ ਵਿੱਚ PDFA ਸੰਸਥਾ ਨੇ ਗਾਵਾਂ ਦੇ ਉੱਤੇ ਬਹੁਤ ਕੰਮ ਕੀਤਾ। ਕੰਮ ਕੀਤਾ ਕਿਵੇਂ ਉਹ ਵੀ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਦੇ ਹਾਂ ਦੋਸਤੋ। ਇੱਕ ਤਾਂ ਉਹਨਾਂ ਨੇ ਇਹ ਕੰਮ ਕੀਤਾ ਵੀ ਆਪਣੀ ਇੱਕ ਸੰਸਥਾ ਬਣਾਈ ਅਤੇ ਸੰਸਥਾ ਦੇ ਜ਼ਰੀਏ ਇੰਪੋਰਟ ਸੀਮਨ ਜਿਹੜਾ ਬਾਹਰਲੇ ਦੇਸ਼ਾਂ ਤੋਂ ਚੰਗੇ ਬੁੱਲ ਜਿਹੜੇ ਸੀਗੇ ਉਹਨਾਂ ਦਾ ਸੀਮਨ ਮੰਗਾਇਆ ਆਪਦੇ ਫਾਰਮਰ ਵੀਰਾਂ ਨੂੰ ਦਿੱਤਾ। ਉਦੋਂ ਬਾਅਦ 'ਚ ਨਾਲ ਉਹਨਾਂ ਨੇ ਕੀ ਕੀਤਾ ਵੀ ਲੋਕਾਂ 'ਚ ਸ਼ੌਂਕ ਜਾਗੇ ਉਹਦੇ ਕਰਕੇ ਉਹਨਾਂ ਨੇ ਮੇਲੇ ਕਰਵਾਉਣੇ ਸ਼ੁਰੂ ਕਰਤੇ ਜਿਵੇਂ PDFA ਦਾ ਮੇਲਾ ਆਪਾਂ ਹੁਣੇ ਥੋੜ੍ਹਾ ਟਾਈਮ ਪਹਿਲਾਂ ਦੇਖ ਕੇ ਹਟੇ ਹਾਂ। ਮੇਲੇ ਕਰਵਾਏ ਕੰਪੀਟੀਸ਼ਨ ਕਰਵਾਏ ਤਾਂ ਉਹਦੇ ਨਾਲ ਲੋਕਾਂ ਦੀ ਰੁਚੀ ਗਾਵਾਂ ਵਾਲੇ ਪਾਸੇ ਆਈ। ਇਹ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਦੋਸਤੋ ਮੱਝਾਂ ਦੇ ਮਾਮਲੇ 'ਚ ਤਾਂ ਮੱਝਾਂ ਦੇ ਮਾਮਲੇ 'ਚ ਹਜੇ ਇਸ ਗੱਲ ਦੀ ਸਾਡੇ ਕੋਲ ਅਣਹੋਂਦ ਹੈ ਵੀ ਕੋਈ ਕਮੇਟੀ ਇੱਦਾਂ ਦੀ ਜ਼ਬਰਦਸਤ ਕਮੇਟੀ ਜਿਹੜੀ ਉਹ ਬਣੀ ਨਹੀਂ ਗਈ ਜਿਹਨੇ ਮੱਝਾਂ ਦੇ ਮਾਮਲੇ 'ਚ ਵੀ ਇੱਦਾਂ ਦਾ ਕੋਈ ਕੰਮ ਕੀਤਾ ਹੋਵੇ ਮੇਲੇ ਆਪਣੇ ਤੌਰ 'ਤੇ ਕਰਵਾਏ ਹੋਣ ਕਿਉਂਕਿ ਸਰਕਾਰਾਂ ਤੋਂ ਅਸੀਂ ਬਹੁਤੀ ਝਾਕ ਨਹੀਂ ਰੱਖ ਸਕਦੇ ਸਾਡੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਸਾਡਾ ਯੂਥ ਇੱਥੇ ਹੀ ਰਹੇ ਇੱਥੇ ਮਿਹਨਤ ਕਰੇ ਕੰਮ ਕਰੇ। ਪਰ ਜੇ ਦੋਸਤੋ ਕੋਈ ਵੀਰ ਹਿੰਮਤ ਕਰੇ ਤਾਂ ਜਿਵੇਂ ਆਪਾਂ ਜਾਣਦੇ ਹਾਂ ਵੀ ਇੱਕ ਦੀਵਾ 100 ਦੀਵਿਆਂ ਨੂੰ ਅੱਗੇ ਜਗਾ ਸਕਦਾ ਆਪਦੇ ਏਰੀਏ ਦੇ ਵਿੱਚ ਕਹਿ ਸਕਦੇ ਹਾਂ ਜਾਂ ਜਿੱਥੋਂ ਤੱਕ ਉਹਦੀ ਪਹੁੰਚ ਉੱਥੇ ਚਾਨਣ ਫੈਲਾ ਸਕਦਾ ਤਾਂ ਅੱਜ ਜਿਹੜੇ ਜਗ੍ਹਾ ਦੇ ਉੱਤੇ ਖੜੇ ਇੱਥੇ ਵੀ ਵੀਰ ਨੇ ਇਸੇ ਤਰ੍ਹਾਂ ਦਾ ਇੱਕ ਕੰਮ ਕੀਤਾ। ਬੇਸ਼ੱਕ ਰੁਚੀ ਪਹਿਲਾਂ ਤੋਂ ਉਹਨਾਂ ਦੀ ਬੱਕਰੀਆਂ ਵਾਲੇ ਪਾਸੇ ਸੀ ਪਿਛਲੇ ਸਾਲ ਇੱਕ ਮੇਲਾ ਕਰਵਾਇਆ ਇਸ ਵਾਰ ਇੱਕ ਹੋਰ ਨਵਾਂ ਮੇਲਾ ਬਾਈ ਜੀ ਹੋਰੀ ਕਰਵਾ ਰਹੇ ਆ। ਇਸ ਏਰੀਏ ਦੇ ਵਿੱਚ ਵੀ ਲੋਕਾਂ ਦਾ ਸ਼ੌਂਕ ਵਧਾਉਣਗੇ ਅਤੇ ਪੂਰੇ ਪੰਜਾਬ ਦੇ ਵਿੱਚ ਵੀ ਬੇਸ਼ੱਕ ਸਿੰਗਲ ਮੈਨ ਆਰਮੀ ਜੇ ਆਪਾਂ ਗੱਲ ਕਰੀਏ ਦੋਸਤੋ ਇੱਕ ਜਾਣੇ ਦਾ ਉਪਰਾਲਾ ਅਤੇ ਨਾਲ ਆਪਣੀ ਸੋਚ ਵਾਲੇ ਜਿਹੜੇ ਰਲਦੇ ਮਿਲਦੇ ਯਾਰ ਦੋਸਤ ਉਹਨਾਂ ਨੂੰ ਰਲਾ ਕੇ ਇੱਕ ਕਮੇਟੀ ਬਣਾਈ। ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਮੇਲੇ ਬਾਰੇ ਜਾਣਕਾਰੀ ਦੇਣੀ ਹੈ। ਵੀਡੀਓ ਨੂੰ ਲਾਸਟ ਤੱਕ ਦੇਖਿਓ ਮਿਲਾਊਂਗਾ ਵੀਰ ਦੇ ਨਾਲ ਜਿਹੜਾ ਵੀਰ ਉਪਰਾਲਾ ਕਰ ਰਿਹਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਵੀਡੀਓ ਜਾਵੇ ਅਤੇ ਇਸ ਮੇਲੇ ਨੂੰ ਆਪਾਂ ਇਸ ਮੇਲੇ ਦੇ ਆਪਾਂ ਛਾਣ ਵਧਾਈਏ ਸਪੋਰਟ ਕਰੀਏ ਜਿਹੜੇ ਪਸ਼ੂ ਲਿਆ ਸਕਦੇ ਉਹ ਪਸ਼ੂ ਲਿਆਉਣ ਜਿਹੜੇ ਵੇਖਣ ਆ ਸਕਦੇ ਉਹ ਵੇਖਣ ਆਉਣ ਤਾਂ ਕਿ ਵੱਧ ਤੋਂ ਵੱਧ ਰਸ਼ ਹੋਊਗਾ ਤਾਂ ਦੋਸਤੋ ਜੀ ਕਰੂਗਾ ਹਰੇਕ ਵੀਰ ਦਾ ਹਰੇਕ ਪਿੰਡ ਦਾ ਵੀ ਆਪਾਂ ਵੀ ਇੱਦਾਂ ਦੇ ਮੁਕਾਬਲੇ ਕਰਵਾਈਏ। ਆਓ ਬਾਈ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਨਾਮ ਆਪਣਾ ਜ਼ਰੂਰ। ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਜੀ। ਠੀਕ ਹੈ ਗੁਰਪ੍ਰੀਤ ਬਾਈ ਆਪਣਾ ਪਿੰਡ ਇਹ ਫੂਲੇ ਵਾਲਾ ਹੈ ਨਾ ਇਹਨੂੰ ਤਹਿਸੀਲ ਕਿਹੜੀ ਪੈਂਦੀ ਹੈ? ਤਹਿਸੀਲ ਫੂਲ ਜੀ। ਤਹਿਸੀਲ ਫੂਲ ਹੈ ਜ਼ਿਲ੍ਹਾ ਜਿਹੜਾ ਉਹ ਕਿਹੜਾ ਲੱਗਦਾ? ਜ਼ਿਲ੍ਹਾ ਬਠਿੰਡਾ ਜੀ। ਜ਼ਿਲ੍ਹਾ ਬਠਿੰਡਾ। ਅੱਛਾ ਜਿਹੜਾ ਫੂਲ ਹੈ ਰਾਮਪੁਰਾ ਫੂਲ ਦੀ ਜੇ ਆਪਾਂ ਗੱਲ ਕਰੀਏ ਕਿੰਨੇ ਕਿਲੋਮੀਟਰ ਰਹਿ ਜਾਂਦੇ ਇੱਥੋਂ? 15 ਕਿਲੋਮੀਟਰ ਰਹਿ ਜਾਂਦੇ। ਠੀਕ ਹੈ ਦੂਜੇ ਪਾਸੇ ਮੇਰੇ ਖਿਆਲ 'ਚ ਜਿਹੜਾ ਸ਼ਹਿਰ ਭਦੌੜ ਪਊਗਾ ਆਪਾਂ ਨੂੰ ਨਾ? ਭਦੌੜ ਵੀ 15 ਕਿਲੋਮੀਟਰ ਰਹਿ ਜਾਂਦੇ। ਭਦੌੜ ਵੀ 15 ਜੀ ਸੈਂਟਰ ਦੇ ਵਿੱਚ ਆ ਜਾਂਦੀ। ਬਰਨਾਲਾ ਇੱਥੋਂ 27 ਕਿਲੋਮੀਟਰ ਰਹਿ ਜਾਂਦੀ। ਠੀਕ ਹੈ ਸਲਾਵਤਪੁਰਾ ਇੱਥੋਂ 15 ਕਿਲੋਮੀਟਰ ਹੈ। ਠੀਕ ਹੈ ਅੱਛਾ ਗੁਰਪ੍ਰੀਤ ਬਾਈ ਪਹਿਲਾ ਕੁਐਸਚਨ ਜਿਹੜਾ ਪਿਛਲੇ ਸਾਲ ਆਪਾਂ ਮੇਲਾ ਮੇਰੇ ਖਿਆਲ 'ਚ ਕੱਲਾ ਬੱਕਰੀਆਂ ਦਾ ਕਰਵਾਇਆ ਸੀ। ਹਾਂਜੀ ਅੱਛਾ ਇਸ ਸਾਲ ਫਿਰ ਨਾਲ ਆਪਾਂ ਮੱਝਾਂ ਵਾਲੇ ਪਾਸੇ ਵੀ ਐਡ ਕਰਤਾ ਮੇਲਾ? ਹਾਂਜੀ ਵੀਰ ਜੀ ਪਿਛਲੀ ਵਾਰੀ ਅਸੀਂ ਮੇਲਾ ਮੇਰੇ ਫਾਦਰ ਸਾਹਿਬ ਦੀ ਯਾਦ ਵਿੱਚ ਸਰਦਾਰ ਮਲਕੀਤ ਸਿੰਘ ਧਾਲੀਵਾਲ ਠੀਕ ਹੈ ਉਹਨਾਂ ਦੀ ਯਾਦ ਵਿੱਚ ਇੱਕ ਬੱਕਰੀ ਮੇਲਾ ਕਰਾਇਆ ਸੀਗਾ ਜੀ। ਠੀਕ ਹੈ ਉਹ ਬੱਕਰੀ ਮੇਲਾ ਬਹੁਤ ਵਧੀਆ ਸੰਪੂਰਨ ਹੋਇਆ ਜੀ। ਠੀਕ ਹੈ ਸਾਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਮੇਰੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜੀ। ਅਸੀਂ ਮੇਲਾ ਵੀਰ ਜੀ ਅਸੀਂ ਬੱਕਰੀਆਂ ਦਾ ਕਰਾਇਆ ਸੀ ਉਹਦੇ ਵਿੱਚ ਮੰਨ ਲਓ 5-4 ਚੰਗੇ ਨਾਮੀ ਸਾਨ ਵੀ ਆ ਗਏ ਸੀਗੇ। ਠੀਕ ਹੈ ਤੇ ਚੰਗੀਆਂ ਮੱਝਾਂ ਵੀ ਆ ਗਈਆਂ ਸੀ ਮੇਰੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਮੰਨ ਲਓ ਝੋਟੀਆਂ ਪਾਲ ਰੱਖੀਆਂ ਸੀਗੀਆਂ। ਅੱਛਾ ਮੰਨ ਲਓ ਇੱਕ ਪ੍ਰਦਰਸ਼ਨੀ ਤੌਰ ਤੇ ਉਹ ਵੀ ਲਿਆਏ ਸੀਗੇ। ਠੀਕ ਹੈ ਤੇ ਆਪਦਾ ਮਨ ਵੀ ਬੜਾ ਖੁਸ਼ ਹੋਇਆ ਵੀ ਲੋਕਾਂ ਨੇ ਇੰਨਾ ਹੰਗਾਰਾ ਦਿੱਤਾ ਇੱਕ ਛੋਟੇ ਜਿਹੇ ਮੇਲੇ ਨੂੰ।
ਤੇ ਐਤਕੀ ਮੰਨ ਲਓ ਜਿਵੇਂ ਬਲਦੇਵ ਸਿੰਘ ਬੱਬੂ ਹੋ ਗਿਆ, ਹਰਜੀਤ ਸਿੰਘ ਨਿੱਕਾ ਹੋ ਗਿਆ, ਇਹ ਫਾਰਮਿੰਗ ਮੰਨ ਲਓ ਉਹਨਾਂ ਦਾ ਤਾਂ ਡੈਰੀ ਆਪਣਾ ਗਾਈਆਂ ਦਾ ਫਾਰਮ ਆ, ਹਰਜੀਤ ਸਿੰਘ ਨਿੱਕੇ ਦਾ, ਇਹ ਮੱਝਾਂ ਤੇ ਕੰਮ ਕਰਦੇ ਜੀ ਬਲਦੇਵ ਸਿੰਘ ਬੱਬੂ। ਠੀਕ ਹੈ। ਇਹਨਾਂ ਨੇ ਕਿਹਾ ਸੀਗਾ ਵੀ ਜੇ ਦੇਖੋ ਮੰਨ ਲਓ ਪਿਛਲੀ ਵਾਰੀ ਆਪਾਂ ਇਕੱਲੇ ਬੱਕਰੀਆਂ ਦਾ ਕਰਾਇਆ ਸੀਗਾ ਮੇਲਾ, ਵਿੱਚ ਆਪਣੇ ਕਿੰਨੀਆਂ ਮੱਝਾਂ ਆ ਗਈਆਂ ਸੀ, ਜੇ ਮੰਨ ਲਓ ਆਪਣੇ ਛੋਟੇ ਜਿਹੇ ਕਦਮ ਦੇ ਨਾਲ ਆਪਣੇ ਪਿੰਡ ਚ ਬਰੀਡ ਚ ਸੁਧਾਰ ਹੁੰਦਾ ਤਾਂ ਵੀ ਆਪਾਂ ਕੇਰਾਂ ਛੋਟੀਆਂ ਕੈਟਾਗਰੀਆਂ ਰੱਖ ਕੇ ਦੇਖ ਲੈਂਦੇ ਹਾਂ ਤਾਂ ਲੋਕਾਂ ਨੂੰ ਅੱਗੇ ਤੋਂ ਮੰਨ ਲਓ ਪਸ਼ੂ ਪਾਲਣ ਦਾ ਮੰਨ ਲਓ ਲਗਾ ਲਾ ਲਓ ਚਾਹੇ ਭੁਸ ਲਾ ਲਓ ਵੀ ਪੈ ਜਾਊਗਾ ਤਾਂ ਆਪਣਾ ਪਿੰਡ ਤਰੱਕੀ ਵੱਲ ਵਧੂਗਾ। ਜਿਹੜੇ ਬੇਰੁਜ਼ਗਾਰ ਮੁੰਡੇ ਫਿਰਦੇ ਹੈਗੇ ਜਦੋਂ ਮੰਨ ਲਓ ਇਹ ਮੇਲੇ ਤੋਂ ਦੇਖ ਕੇ ਜਾਣਗੇ ਉਹਦੇ ਵਿੱਚੋਂ ਜੇ ਮੰਨ ਲਓ ਬਾਈ 100% ਸਾਡੇ ਪਿੰਡ ਦੇ ਬੰਦੇ ਮੇਲਾ ਦੇਖਣ ਆਉਂਦੇ ਉਹਦੇ ਵਿੱਚੋਂ 20% ਵੀ ਰੱਖਦੇ ਆ ਤਾਂ ਵੀ ਸਾਡਾ ਮੰਨ ਲਓ ਇੱਕ ਛੋਟੀ ਜਿਹੀ ਮੰਨ ਲਓ ਕਲਾ ਲਾ ਲਓ ਚਾਹੇ ਕਦਮ ਲਾ ਲਓ ਸੰਪੂਰਨ ਹੋ ਜੂਗਾ। ਸਾਨੂੰ ਇਹ ਹੁੰਦਾ ਬਾਈ ਜੀ ਪਹਿਲਾਂ ਤੋਂ ਅਸੀਂ ਪਹਿਲਾਂ ਬੱਕਰੀ ਨੂੰ ਪ੍ਰਮੋਟ ਕੀਤਾ, ਪਹਿਲਾਂ ਛੋਟੇ ਛੋਟੇ ਮੇਲੇ ਲੱਗੇ ਮੰਡੀਆਂ ਦੇ ਵਿੱਚ, ਮੰਡੀਆਂ ਲੱਗਦੀਆਂ ਗੇ ਜਿਵੇਂ ਲੌਂਗੋਵਾਲ ਹੋ ਗਈ, ਤੌਂਗ ਵਾਲੀ ਹੋ ਗਈ, ਲਹਿਰਾ ਵੇਗਾ ਹੋ ਗਈ, ਹੋਰ ਵੀ ਕਾਫੀ ਲੱਗਦੀਆਂ, ਉਹਦੇ ਉੱਤੇ ਅਸੀਂ ਵੀਰ ਜੀ ਰਿੰਗ ਲਾਉਂਦੇ ਹੁੰਦੇ ਸੀਗੇ। ਮੰਨ ਲਓ ਇਕੱਠ ਦੰਦ ਬੱਕਰਿਆਂ ਰੱਖ ਲਿਆ, ਛੋਟੇ ਨਾਮ ਦੇ ਦਿੰਦੇ ਜਿਵੇਂ ਗਿਫਟ ਦੇ ਦਿੰਦੇ ਜਾਂ ਟਰਾਫੀ ਦੇ ਦਿੰਦੇ, ਉਹ ਸ਼ੁਰੂਆਤ ਸੀਗੀ ਵੀ ਮੰਨ ਲਓ ਇੱਕ ਆਪਾਂ ਬੱਕਰੀ ਪਾਲਣ ਨੂੰ ਬੜਾਵਾ ਦਿੱਤਾ। ਠੀਕ ਹੈ। ਹੌਲੀ ਹੌਲੀ ਅੱਗੇ ਬਰੀਡ 'ਚ ਸੁਧਾਰ ਹੁੰਦਾ ਗਿਆ ਤਾਂ ਬੱਕਰੀ ਦੀ ਕੀਮਤ ਵੀ ਬਹੁਤ ਵੱਧ ਗਈ। ਸਹੀ ਹੈ। ਜਦੋਂ ਬੱਕਰੀ ਦੀ ਕੀਮਤ ਵੱਧ ਗਈ ਤੇ ਮੰਨ ਲਓ ਫਿਰ ਅਸੀਂ ਇੱਕ ਮੇਲਾ ਰੱਖਿਆ ਜਿਹਦੇ ਵਿੱਚ 300 ਬੱਕਰੀ ਨੇ ਭਾਗ ਲਿੱਤਾ ਜੀ ਰਿੰਗ ਦੇ ਵਿੱਚ। ਅੱਛਾ। 300 ਜਾਨਵਰ ਸੀ ਪਿਛਲੇ ਰਿੰਗ ਦੇ ਵਿੱਚ ਆਇਆ। ਠੀਕ ਹੈ। ਤੇ ਮੇਲਾ ਬਹੁਤ ਵਧੀਆ ਭਰਿਆ ਸੀ ਤੇ ਬਹੁਤ ਹੀ ਵਧੀਆ ਭਰਮਾ ਹੰਗਾਰਾ ਮਿਲਿਆ ਜੀ। ਮੰਨ ਲਓ ਆਪਾਂ ਸਰਚ ਕਰਦੇ ਹਾਂ ਤਾਂ ਪੰਜਾਬ ਦਾ 1 ਨੰਬਰ ਮੇਲਾ ਰਿਹਾ ਜੀ ਇਹ। ਠੀਕ ਹੈ। ਪਿਛਲੇ ਸਾਲ ਵਾਲਾ, ਪਿਛਲੇ ਸਾਲ ਵਾਲਾ ਬਹੁਤ, ਹਾਂ ਬਹੁਤ ਜ਼ਿਆਦਾ ਭਰਮਾ ਹੰਗਾਰਾ ਮਿਲਿਆ। ਤੇ ਮੰਨ ਲਓ ਆਮ ਜਿਹੜਾ ਬੰਦਾ ਬਰੀਡ ਤਿਆਰ ਕਰਦਾ ਗਾ ਉਹ ਵੀ ਇਹ ਗੱਲ ਕਹਿੰਦਾ ਜਿਵੇਂ ਆਮ ਗੱਲਾਂ ਤੁਰ ਪੈਂਦੀਆਂ ਵੀ ਯਾਰ ਮੇਰੇ ਕੋਲ ਚੰਗਾ ਜਾਨਵਰ ਆ। ਹਰ ਇੱਕ ਬੰਦਾ ਬੱਕਰੀ ਪਾਲ ਕੇ ਕਹਿੰਦਾ ਕੋਈ ਗੱਲ ਨੀ ਬਾਈ ਯਾਰ ਫੂਲੀ ਵਾਲੇ ਮੇਲੇ ਤੇ ਦੇਖਾਂਗੇ। ਠੀਕ ਹੈ। ਆਮ ਲੋਕਾਂ ਨੇ ਪਸੰਦ ਵੀ ਕੀਤਾ ਤੇ ਲੋਕਾਂ ਦੀ ਕਹਾਵਤ ਵੀ ਬਣ ਗਈ ਜਿਵੇਂ ਆਪਾਂ ਕਹਿੰਦੇ ਵੀ ਕੋਈ ਗੱਲ ਨੀ ਯਾਰ ਉੱਥੇ ਕੱਟਾ ਘੱਟੀ ਨਿਕਲੂ। ਅੱਛਾ। ਹਾਂ ਇਹ ਮੇਲੇ ਨੂੰ ਐਡਾ ਵੱਡਾ ਲੋਕਾਂ ਨੇ ਨਾਮ ਦਿੱਤਾ ਤੇ ਮੇਰੇ ਪਿੰਡ ਨੇ ਵੀ ਬਹੁਤ ਭਰਮਾ ਹੰਗਾਰਾ ਦਿੱਤਾ। ਠੀਕ ਹੈ। ਇਹ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਐਤਕੀ ਮੇਲਾ ਇਹ 2 ਦਿਨਾਂ ਦਾ ਰੱਖਿਆ। ਠੀਕ ਹੈ। 5 ਤੇ 6 ਮਾਰਚ ਦਾ ਜੀ। ਸਹੀ ਹੈ ਜੀ। 5 ਮਾਰਚ ਨੂੰ ਹੋਣਗੇ ਜੀ 0 ਤੋਂ ਲੈ ਕੇ 6 ਮਹੀਨੇ ਕੱਟੇ ਕੱਟੇ ਨੀਲੀ ਰਾਵੀ ਤੇ ਮੋਹਰਾ। ਠੀਕ ਹੈ। ਉਦੋਂ ਅੱਗੇ ਦੁੱਧ ਦੰਦ। ਠੀਕ ਹੈ। ਨੀਲੀ ਰਾਵੀ ਤੇ ਮੋਹਰਾ ਦੇ ਜੀ। ਠੀਕ ਹੈ। ਹਾਂਜੀ ਇਹ ਕੈਟਾਗਰੀਆਂ ਦੇ ਮੁਕਾਬਲੇ ਹੋਣਗੇ ਇਹਦੇ ਵਿੱਚ। ਠੀਕ ਹੈ। ਤੇ ਇਹਦੇ ਵਿੱਚ ਪ੍ਰਦਰਸ਼ਨੀ ਲਈ ਜਾਨਵਰ ਕੋਈ ਵੀ ਵੀਰ ਲਿਆ ਸਕਦਾ ਜਿਹਨੇ ਮੰਨ ਲਓ ਨੰਬਰਾਂ ਤੇ ਆਇਆ ਵਾ ਜਾਨਵਰ ਜਾਂ ਦੁੱਧ ਚਵਾਈ ਚ ਚੰਗੀ ਮੱਝ ਹੈਗੀ ਜਾਂ ਚੰਗਾ ਆਪਣੇ ਕੋਲੇ ਬੁੱਲ ਹੈਗਾ ਉਹ ਵੀ ਪ੍ਰਦਰਸ਼ਨੀ ਤੌਰ ਤੇ ਲਿਆ ਸਕਦਾ। ਠੀਕ ਹੈ। ਜੇ ਕਿਸੇ ਵੀਰ ਨੇ ਸਟਾਲ ਲਾਉਣੀ ਹੈ, ਕੋਈ ਫੀਡ ਵਾਲਾ ਹੈਗਾ, ਕੋਈ ਮੈਡੀਸਨ ਵਾਲਾ, ਉਹ ਵੀ ਲਾ ਸਕਦਾ, ਉਹ ਵੀ ਲਾ ਸਕਦਾ। ਹਾਂਜੀ। ਅੱਛਾ ਜਿਹੜੇ ਪਸ਼ੂ ਆਉਣਗੇ ਇਹਨਾਂ ਦੀ ਐਂਟਰੀ ਫੀਸ ਕੀ ਰੱਖੀ ਹੈ? ਇਹਨਾਂ ਦੀ ਐਂਟਰੀ ਫੀਸ 300 ਰੁਪਏ। 300 ਰੁਪਏ। ਹਾਂਜੀ ਠੀਕ ਹੈ। ਤੇ ਜਿਹੜੇ ਪ੍ਰਦਰਸ਼ਨੀ ਵਾਸਤੇ ਪਸ਼ੂ ਇੱਥੇ ਆਉਣਗੇ ਉਹ ਸਿਰਫ ਮਤਲਬ ਲੋਕਾਂ ਨੂੰ ਦਿਖਾ ਸਕਦੇ, ਉਹਨਾਂ ਦਾ ਵੀ ਕੋਈ ਮਾਨ ਸਨਮਾਨ ਸੋਚਾਂਗੇ? ਉਹਨਾਂ ਦਾ ਮਾਨ ਸਨਮਾਨ ਇਹ ਹੈ ਵੀਰ ਜੀ ਜੇ ਮੰਨ ਲਓ ਪ੍ਰਦਰਸ਼ਨੀ ਵਾਸਤੇ ਬੰਦਾ ਸਾਡੇ ਕੋਲੇ ਮੰਨ ਲਓ ਨਾਮ ਆਪਦਾ ਐਡ ਕਰਾਉਂਦਾ ਗਾ ਉਹਨੂੰ ਅਸੀਂ 15x15 ਦਾ ਇੱਕ ਟੈਂਟ ਲਾ ਕੇ ਦੇਵਾਂਗੇ। ਠੀਕ ਹੈ। 4 ਕੁਰਸੀਆਂ ਇੱਕ ਮੇਜ਼। ਠੀਕ ਹੈ। ਸ਼ਾਮ ਤੱਕ ਉਹਦਾ ਖਾਣਾ ਦਾਣਾ ਉੱਥੇ ਪਹੁੰਚੂਗਾ। ਵੈਸੇ ਗੁਰੂ ਕਾ ਲੰਗਰ ਅਟੁੱਟ ਵਰਤੂਗਾ। ਠੀਕ ਹੈ। ਹਰੇਕ ਲਈ ਹੋਊਗਾ। ਹਾਂ ਹਰੇਕ ਲਈ ਹੋਊਗਾ। ਠੀਕ ਹੈ। ਤੇ 15x15 ਟੈਂਟ ਲਾ ਕੇ ਦੇਵਾਂਗੇ, ਸ਼ਾਮ ਨੂੰ ਉਹਦਾ ਬਣਦਾ ਮਾਨ ਸਨਮਾਨ ਵੀ ਦੇਵਾਂਗੇ। ਠੀਕ ਹੈ। ਬਾਕੀ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਰਹੇ ਵੀਰ ਜੀ ਵੀ ਤੁਸੀਂ ਆ ਕੇ ਸਟਾਲ ਲਓ। ਠੀਕ ਹੈ ਨਾ। ਉਹ ਅਗਲੇ ਦੀ ਮਰਜ਼ੀ ਹੈਗੀ। ਠੀਕ ਹੈ। ਵੈਸੇ ਉਹ ਵੀ ਲਿਆ ਸਕਦਾ, ਉਹਦੀ ਕੋਈ ਐਂਟਰੀ ਨਹੀਂ। ਉਹਦੀ ਕੋਈ ਐਂਟਰੀ ਜੇ ਸਟਾਲ ਲੈਂਦਾ? ਜੇ ਸਟਾਲ ਲੈਂਦਾ ਗਾ ਉਹਦੀ 2000 ਰੁਪਏ ਐਂਟਰੀ। ਉਹਦਾ 2000 ਰੁਪਏ ਆਪਾਂ ਉਹਨਾਂ ਤੋਂ ਆਪਾਂ ਲਵਾਂਗੇ। ਲਵਾਂਗੇ। ਠੀਕ ਹੈ। ਅੱਛਾ ਗੁਰਪ੍ਰੀਤ ਬਾਈ, ਜਿਹੜਾ ਆਪਾਂ ਮੇਲਾ ਕਰਵਾ ਰਹੇ ਹਾਂ ਇਹਦੇ 'ਚ ਆਪਾਂ ਜਿਹੜੇ ਪਸ਼ੂ ਵਿਨਰ ਰਹਿੰਦੇ ਆ ਉਹਨਾਂ ਨੂੰ ਕੋਈ ਸਰਟੀਫਿਕੇਟ ਵਗੈਰਾ ਵੀ ਦਿੰਦੇ ਹਾਂ? ਹਾਂਜੀ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ। ਉਹਨਾਂ ਨੂੰ ਸਰਟੀਫਿਕੇਟ ਵੀ ਦਿੰਦੇ। ਅੱਛਾ ਗੁਰਪ੍ਰੀਤ ਬਾਈ, ਜਿਹੜਾ ਆਪਾਂ ਇਹ ਮੁਕਾਬਲਾ ਕਰਾ ਰਹੇ ਹਾਂ ਜਿਵੇਂ 5 ਤਰੀਕ ਨੂੰ ਆਪਾਂ ਮੁਕਾਬਲੇ ਕਰਾਉਣੇ ਆ ਕੱਟੇ ਕੱਟੀਆਂ ਦੇ, ਹੈ ਨਾ, ਖੀਰੀਆਂ ਤੱਕ ਦੇ, ਉਹਦੇ 'ਚ ਜਿਹੜਾ ਜਜਿੰਗ ਕਰਨ ਵਾਸਤੇ ਆਪਾਂ ਕੋਈ ਲੋਕਲ ਵੀਰ ਨੂੰ ਬੁਲਾ ਰਹੇ ਹਾਂ ਜਾਂ ਕੋਈ ਇੱਦਾਂ ਦੇ ਕੋਈ ਡਾਕਟਰ ਵੀਰ ਨੂੰ ਸੱਦਾਂਗੇ ਜਿਹੜੇ ਮਾਹਰ ਹੋਣਗੇ ਬਰੀਡ ਬਾਰੇ? ਹਾਂਜੀ ਵੀਰ ਜੀ, ਇਹ ਤੁਹਾਡਾ ਸਵਾਲ ਬਹੁਤ ਸੋਹਣਾ ਗਾ। ਇਹਦੇ ਵਿੱਚ ਕਈ ਵੀਰਾਂ ਦੇ ਫੋਨ ਵੀ ਆਉਂਦੇ ਹੈਗੇ ਵੀ ਬਾਈ ਅਸੀਂ ਫਲਾਣੇ ਥਾਂ ਮੇਲੇ ਤੇ ਗਏ ਸੀ, ਕੋਈ ਐ 19 ਨਾ ਹੋਵੇ ਜਾਂ ਕੋਈ ਸਪਾਰਸ ਨਾ ਹੋਵੇ। ਵੀਰ ਜੀ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਹਾਂ ਕਿ ਸਾਡੀ 35 ਬੰਦਿਆਂ ਦੀ ਕਮੇਟੀ ਬਣੀ ਹੋਈ ਹੈ, 35 ਮੈਂਬਰੀ। ਠੀਕ ਹੈ। ਜੇ ਸਾਡਾ ਕਮੇਟੀ ਮੈਂਬਰ ਕਿਸੇ ਬੰਦੇ ਨੂੰ ਫੋਨ ਤੇ ਜਾਂ ਕਿਤੇ ਮੈਸੇਜ ਤੇ ਜਾਂ ਉਹ ਕਿਤੇ ਜਾ ਕੇ ਵੀ ਕਹਿੰਦਾ ਵੀ ਯਾਰ ਆਪਾਂ ਕੋਈ ਗੱਲ ਨਹੀਂ ਬਾਈ ਫੂਲੇ ਵਾਲੇ ਆ ਜੀ ਆਪਾਂ ਉੱਥੇ ਕਰ ਲਾਂਗੇ, ਸਾਨੂੰ ਤੁਸੀਂ ਉਹਦੀ ਫੋਨ ਕਰੋ ਜਾਂ ਮੈਸੇਜ ਭੇਜੋ, ਅਸੀਂ ਉਹਦੀ ਮੈਂਬਰਸ਼ਿਪ ਨਾਲ ਦੀ ਨਾਲ ਖਾਰਜ ਕਰਾਂਗੇ। ਠੀਕ ਹੈ। ਜਿਹੜਾ ਇਹ ਮੇਲਾ ਹੋਊਗਾ ਇਹ ਨਰੋਲ ਕਰਾਇਆ ਜਾਊਗਾ, ਇਹ 'ਚ ਕੋਈ ਕਿਸੇ ਦਾ ਪੱਖਪਾਤ ਨਹੀਂ ਹੋਊ। ਠੀਕ ਹੈ। ਵਧੀਆ ਕੁਆਲੀਫਾਈਡ ਡਾਕਟਰ ਆਉਣਗੇ। ਠੀਕ ਹੈ। ਹਰ ਇੱਕ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਊਗਾ। ਠੀਕ ਹੈ। ਅੱਛਾ ਇਹਦੇ 'ਚ ਫਿਰ ਸਪੋਰਟ ਜਿਹੜੇ ਇੱਕ ਤਾਂ 35 ਮੈਂਬਰੀ ਕਮੇਟੀ ਹੋਗੀ, ਇਹ ਤੋਂ ਬਿਨਾਂ ਫਿਰ ਪਿੰਡ ਵੀ ਸਹਿਯੋਗ ਕਰ ਰਿਹਾ ਬਈ? ਹਾਂਜੀ ਪਿੰਡ ਦਾ ਪਿਛਲੀ ਵਾਰੀ ਬਹੁਤ ਸਹਿਯੋਗ ਰਿਹਾ, ਐਤਕੀ ਬਹੁਤ ਸਹਿਯੋਗ ਹੈ। ਠੀਕ ਹੈ। ਸਾਰੇ ਪਿੰਡ ਦਾ
ਇਸ ਮੇਲੇ ਨੂੰ ਵੀ ਜਿਵੇਂ ਪਿਛਲੀ ਵਾਰ ਰਿਸਪੌਂਸ ਮਿਲਿਆ ਹੈ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਕਹਾਵਤ ਹੀ ਬਣ ਗਈ ਵੀ ਕੋਈ ਗੱਲ ਨਹੀਂ ਵੇਖਾਂਗੇ ਫੁੱਲੇ ਵਾਲੇ ਮੇਲੇ ਤੇ ਇਵੇਂ ਰਿਸਪੌਂਸ ਮਿਲਦਾ ਆਉਣ ਵਾਲੇ ਟਾਈਮ 'ਚ ਹੋਰ ਕੈਟਾਗਰੀ ਐਡ ਕਰਦੇ ਜਾਵਾਂਗੇ ਸੋਚਦੇ ਹਾਂ ਇੱਦਾਂ ਹਾਂਜੀ ਵੀਰ ਜੀ ਜਦੋਂ ਤੋਂ ਮੰਨ ਲਓ ਮੇਰਾ ਬਚਪਨ ਸੰਭਲਿਆ ਗਾ ਮੇਰੀ ਆਪਦੀ ਜ਼ਿੰਦਗੀ ਦੀ ਥਿਊਰੀ ਆ ਵੀ ਮੈਂ ਸਟੈਪ ਬਾਏ ਸਟੈਪ ਚੱਲਦਾ ਠੀਕ ਹੈ ਕਿਉਂਕਿ ਮੇਰਾ ਮੈਂ ਅਸੀਂ ਇਹ ਨਹੀਂ ਚਾਹੁੰਦੇ ਵੀ ਪਹਿਲੇ ਉੱਪਰਲੇ ਟੰਬੇ ਤੇ ਹੋਈਏ ਸਹੀ ਹੈ ਹੁਣ ਅਸੀਂ ਮੰਨ ਲਓ ਛੋਟੀਆਂ ਕੈਟਾਗਰੀਆਂ ਰੱਖੀਆਂ ਅਗਲੀ ਵਾਰ ਨੂੰ ਇਹਦੇ ਵਿੱਚ ਹੋਰ ਐਡ ਕਰ ਦਾਂਗੇ ਠੀਕ ਹੈ ਵਧੀਆ ਰਿਸਪੌਂਸ ਮਿਲਿਆ ਉਦੋਂ ਅਗਲੀ ਵਾਰ ਨੂੰ ਹੋਰ ਐਡ ਕਰ ਦਾਂਗੇ ਅੱਛਾ ਇੱਕ ਕੁਐਸਚਨ ਹੋਰ ਪੁੱਛਣਾ ਜਿਹੜੇ ਵੀਰ ਪਸ਼ੂ ਇੱਥੇ ਲਿਆਉਣਾ ਚਾਹਣਗੇ ਉਹ ਤੁਹਾਡੇ ਨਾਲ ਪਹਿਲਾਂ ਸੰਪਰਕ ਕਰਨ ਨਾਮ ਨੋਟ ਕਰਾਉਣ ਜਾਂ ਜਦੋਂ ਇੱਥੇ ਪਸ਼ੂ ਪਹੁੰਚ ਜਾਂਦੇ ਆ ਮੌਕੇ ਤੇ ਐਂਟਰੀ ਫੀਸ ਲੈ ਕੇ ਤੇ ਉਹਨਾਂ ਨੂੰ ਆਪਾਂ ਐਡ ਕਰ ਲਾਂਗੇ ਇੱਥੇ ਹਾਂਜੀ ਵੀਰ ਜੀ ਉਹ ਨਾਮ ਅਨਾਉਂਸ ਕਰਾ ਸਕਦੇ ਸਾਨੂੰ ਠੀਕ ਹੈ ਐਂਟਰੀ ਫੀਸ ਇੱਥੇ ਹੋਊਗੀ ਐਂਟਰੀ ਫੀਸ ਇੱਥੇ ਹਾਂ ਟਾਈਮ ਹੈਗਾ 10 ਵਜੇ ਦਾ ਜੀ 10 ਵਜੇ ਤੱਕ ਜਿਹੜੇ ਪਸ਼ੂ ਇੱਥੇ ਪਹੁੰਚਣਾ ਲੈ ਕੇ ਵੀਰ ਪਹੁੰਚਣਾ ਚਾਹੁੰਦੇ ਆ ਪਸ਼ੂ ਲੈ ਕੇ ਉਹ 10 ਵਜੇ ਦੇ ਤੱਕ ਪਹੁੰਚ ਜਾਣ ਉਦੋਂ ਬਾਅਦ ਵਾਲੇ ਫਿਰ ਨਹੀਂ ਆਪਾਂ ਐਂਟਰੀ ਹਾਂ 10 ਵਜੇ ਰੈਂਕ ਸਟਾਰਟ ਹੋ ਜਾਊਗਾ ਜੀ ਠੀਕ ਹੈ ਐ ਹੁੰਦਾ ਵੀ ਸਾਨੂੰ ਨਾ ਪਿਛਲੀ ਵਾਰੀ ਕੀ ਹੋਇਆ ਜੀ ਜਿਹੜਾ ਸਾਡਾ ਬੱਕਰੀਆਂ ਦਾ ਮੇਲਾ ਸੀਗਾ ਅਸੀਂ ਰੈਂਕ ਸਟਾਰਟ ਕੀਤਾ 12:30 ਜੀ ਅੱਛਾ ਤੇ ਰਾਤ ਦੇ 11:30 ਵਜ ਗਈ ਸਾਨੂੰ ਅੱਛਾ ਹਾਂ ਰਿਜ਼ਲਟ ਕਲੀਅਰ ਕਰਦੇ ਨੂੰ 11:30 ਵਜ ਗਏ ਉਹ ਸਾਰੇ ਵੀਰਾਂ ਦੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਤਾਂ ਅਸੀਂ 10 ਵਜੇ ਦਾ ਟਾਈਮ ਦਿੱਤਾ ਗਿਆ ਠੀਕ ਹੈ ਤੇ ਜਿਹੜੀ ਇਹ ਕਾਫ ਰੈਲੀ ਤੇ ਮੱਝਾਂ ਵਾਲੇ ਮੁਕਾਬਲੇ ਆ ਇਹ ਤਾਂ ਆਪਾਂ ਮੰਨੀਏ ਵੀ 5 ਤਰੀਕ ਨੂੰ ਸਮਾਪਤ ਹੋ ਜਾਣੇ ਆ ਫਾਈਨਲ ਹੋ ਜਾਣਾ ਹੈ ਨਾ ਹਾਂਜੀ ਹਾਂਜੀ 6 ਤਰੀਕ ਨੂੰ ਕੱਲਾ ਬੱਕਰੀਆਂ ਦਾ ਰਹੂ 6 ਤਰੀਕ ਨੂੰ ਤੇ ਪ੍ਰਦਰਸ਼ਨੀ ਵਾਲੇ ਪਸ਼ੂ ਆ ਜਿਹੜੇ ਉਹ ਤਾਂ ਇੱਥੇ ਵੀ ਰੋਕ ਸਕਦੇ 6 ਤਰੀਕ ਨੂੰ ਹਾਂਜੀ ਰੋਕ ਸਕਦੇ ਤੇ ਜਿਹੜੇ ਕੋਈ ਦੂਰ ਤੋਂ ਆਉਂਦਾ ਕੋਈ ਉਹਨਾਂ ਦਾ ਥੋੜਾ ਬਹੁਤਾ ਪ੍ਰਬੰਧ ਇੱਥੇ ਰੈਸ਼ ਦਾ ਹੋ ਜਾਊਗਾ ਉਹਨਾਂ ਦੇ ਜੀ ਰੈਸ਼ ਦਾ ਪੂਰਾ ਪ੍ਰਬੰਧ ਆ ਜੇ ਮੰਨ ਲਓ ਕੋਈ ਮੈਡੀਸਨ ਵਾਲਾ ਵੀਰ ਆਉਂਦਾ ਜਾਂ ਫੀਡ ਵਾਲਾ ਆਉਂਦਾਗਾ ਉਹ ਰੈਸ਼ ਦਾ ਅਸੀਂ ਪੂਰਾ ਪ੍ਰਬੰਧ ਉਹਨਾਂ ਦਾ ਪ੍ਰਬੰਧ ਕੀਤਾ ਐ ਨਹੀਂ ਆਊਗੀ ਕੋਈ ਦਿੱਕਤ ਆਊਗੀ ਮੰਨ ਲਓ ਸ਼ਾਮ ਦੇ 5 ਵਜੇ ਕਿਤੇ ਉਹ ਬਾਈਆਂ ਨੂੰ ਕਿਸੇ ਨੇ ਪੁੱਛਣਾ ਨਹੀਂ ਠੀਕ ਹੈ ਜਿਹੜੀ ਗੱਲ ਤੁਹਾਨੂੰ ਕੈਮਰੇ ਮੂਹਰੇ ਬੋਲਾਂਗੇ ਉਹੀ ਹੋਊਗੀ ਇਹ ਨਹੀਂ ਹੋਊਗਾ ਵੀ ਅਸੀਂ ਕੈਮਰੇ ਮੂਹਰੇ ਕੁਝ ਹੋਰ ਬੋਲਾਂਗੇ ਤੇ ਉਹਦੇ ਕੁਝ ਬਾਅਦ ਚ ਕੁਝ ਹੋਰ ਹਾਂ ਉਹ ਕੰਮ ਕਦੇ ਵੀ ਨਹੀਂ ਕੀਤਾ ਪਹਿਲਾਂ ਮੰਨ ਲਓ ਸਾਡੀ ਬੱਕਰੀ ਪਾਲਣ ਤੇ ਰਿਹਾ ਹੈਗਾ ਉਹ ਵੀ ਨਹੀਂ ਅੱਜ ਤੱਕ ਉਹ ਕੰਮ ਵੀ ਨਹੀਂ ਕੀਤਾ ਤੇ ਨਹੀਂ ਕਰਨਾ ਜ਼ਿੰਦਗੀ ਜਿਹੜੀ ਗੱਲ ਬੋਲਾਂਗੇ ਉਹ ਸੱਚੀ ਬੋਲਾਂਗੇ ਉਹ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਤੇ ਬਾਕੀ ਇਦਾਂ ਦੇ ਮੇਲੇ ਕਰਵਾਉਂਦੇ ਰਹਿਣ ਨਾਲ ਉਤਸ਼ਾਹ ਵਧੂਗਾ ਹਨਾ ਦੋਸਤੋ ਇੱਕ ਗੱਲ ਜ਼ਰੂਰ ਐਡ ਕਰ ਦਿੰਦਾ ਵੀ ਜੇ ਆਪਾਂ ਸੋਸਾਇਟੀ ਦੀ ਗੱਲ ਕਰਦੇ ਹਾਂ ਨਾ ਜੇ ਆਪਾਂ ਕਹਿੰਦੇ ਆ ਸਾਡਾ ਸਮਾਜ ਹੀ ਮਾੜਾ ਹੈ ਤਾਂ ਉਹਦਾ ਇੱਕ ਹਿੱਸਾ ਆਪਾਂ ਵੀ ਹੁੰਨੇ ਆ ਇੱਕ ਬੰਦਾ ਸੁਧਰ ਜੇ ਆਪਣੇ ਆਪ ਤੇ ਜੇ ਮੈਂ ਆਪਦੀ ਗੱਲ ਕਰਾਂ ਜੇ ਮੈਂ ਕਹਾਂ ਬਹੁਤ ਭ੍ਰਿਸ਼ਟਾਚਾਰ ਹੈ ਤਾਂ ਮੈਂ ਕੱਲਾ ਆਪਣੇ ਤੇ ਸੁਧਾਰ ਕਰਾਂ ਇਵੇਂ ਜਿਹੜਾ ਮੇਰੇ ਨਾਲ ਕੋਈ ਵੀਰ ਆ ਤੇ ਉਹ ਵੀ ਸੁਧਾਰ ਕਰਦਾ ਜਾਊ ਤਾਂ ਸਮਾਜ ਇਹੀ ਹੁੰਦਾ ਇਸ ਵੀਰ ਨੇ ਉਪਰਾਲਾ ਕੀਤਾ ਬੇਸ਼ੱਕ ਸਹਿਯੋਗ ਸਾਰੀ ਪੰਚਾਇਤ ਦਾ ਸਾਰੇ ਪਿੰਡ ਦਾ ਨਗਰ ਨਿਵਾਸੀਆਂ ਦਾ ਪਰ ਮੂਹਰੇ ਲੱਗਣ ਵਾਸਤੇ ਕੋਈ ਚਾਹੀਦਾ ਹੁੰਦਾ ਉਪਰਾਲੇ ਕਰੋ ਕਬੱਡੀ ਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਕਬੱਡੀ ਨੂੰ ਜੇ ਬਚਾਇਆ ਤਾਂ ਪੰਜਾਬੀਓ ਆਪਾਂ ਪਿੰਡਾਂ ਦੇ ਵਿੱਚ ਬਚਾਇਆ ਆਪਾਂ ਟੂਰਨਾਮੈਂਟ ਕਰਾਉਣੇ ਆ ਤਾਂ ਕਬੱਡੀ ਬਚੀ ਬੇਸ਼ੱਕ ਪਿੱਛੇ ਜੇ ਉਹਦੇ ਜਿਹੜੇ ਵਰਲਡ ਲੈਵਲ ਦੇ ਟੂਰਨਾਮੈਂਟ ਵੀ ਕਬੱਡੀ ਦੇ ਹੋਣ ਲੱਗ ਗਏ ਪਰ ਪਿੰਡਾਂ ਨੇ ਉਪਰਾਲੇ ਕੀਤੇ ਇਵੇਂ ਮੱਝਾਂ ਵਾਲੇ ਮਾਮਲੇ 'ਚ ਆਪਾਂ ਨੂੰ ਕਰਨਾ ਪਊਗਾ ਪਿੰਡ ਪਿੰਡ ਤੇ ਮੁਕਾਬਲੇ ਕਰਾਵਾਂਗੇ ਤਾਂ ਸਾਡਾ ਜਿਹੜਾ ਯੂਥ ਆ ਨੌਜਵਾਨ ਜਿਹੜਾ ਵਿਹਲਾ ਹੈ ਜਿਹੜੇ ਨੂੰ ਇਹ ਲੱਗਦਾ ਵੀ ਪਸ਼ੂ ਪਾਲਣ 'ਚੋਂ ਕੁਛ ਨਹੀਂ ਬਚਦਾ ਤਾਂ ਉਹਨਾਂ ਦਾ ਵੀ ਸ਼ੌਂਕ ਜਾਗੂਗਾ ਨਸਲ ਸੁਧਰੂਗੀ ਤਾਂ ਬੱਚਤ ਹੋਣੀ ਹੈ ਬੇਸ਼ੱਕ ਕਿੱਤਾ ਕੋਈ ਵੀ ਹੋਵੇ ਤਾਂ ਨਵੀਨਤਾ ਆਉਣੀ ਜ਼ਰੂਰੀ ਹੈ ਉਹ ਤਾਂ ਹੀ ਆਊ ਜੇ ਇਦਾਂ ਦੇ ਆਪਾਂ ਮੇਲਿਆਂ ਦੇ ਵਿੱਚ ਪਹੁੰਚਦੇ ਰਵਾਂਗੇ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ ਇਹ ਵੀਰ ਉਪਰਾਲਾ ਕਰ ਰਹੇ ਆ ਮੇਲਾ ਕਰਵਾ ਰਹੇ ਆ ਵੱਡਾ ਪ੍ਰਬੰਧ ਹੈ ਤੁਸੀਂ ਇੱਕ ਉਪਰਾਲਾ ਕਰ ਲਓ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਬੇਸ਼ੱਕ ਇੱਕ ਜਾਣੇ ਕੋਲ ਹੀ ਸ਼ੇਅਰ ਕਰਿਓ ਤਾਂ ਹੋ ਸਕਦਾ ਹੋਰ ਵੀਰ ਵੀ ਇੱਥੇ ਪਹੁੰਚਣ ਇਹਨਾਂ ਦਾ ਹੌਸਲਾ ਵਧੂਗਾ ਤਾਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਵੱਡਾ ਮੇਲਾ ਫੁੱਲੇ ਵਾਲੇ ਪਿੰਡ ਜੋ ਵੇਖਣ ਨੂੰ ਮਿਲਿਆ ਕਰੂਗਾ ਸੋ ਬਹੁਤ ਧੰਨਵਾਦ ਜ਼ਰੂਰ ਪਹੁੰਚਣਾ ਦੋਸਤੋ ਮੇਲੇ ਦੇ ਵਿੱਚ ਜਿਹੜੇ ਵੀਰ ਦੇ ਪਸ਼ੂ ਚੈਂਪੀਅਨ ਆ ਉਹ ਪ੍ਰਦਰਸ਼ਨੀ ਵਾਸਤੇ ਆਓ ਜਿਹੜੇ ਪਸ਼ੂ ਸਾਹਮਣੇ ਆ ਉਹ ਮੁਕਾਬਲੇ 'ਚ ਜ਼ਰੂਰ ਹਿੱਸਾ ਲਓ ਬਹੁਤ ਧੰਨਵਾਦ ਦੋਸਤੋ ਧੰਨਵਾਦ ਬਹੁਤ